ਅਸੀਂ ਵਕਤ ਵਕਤ ਆਪਣੇ ਪ੍ਰੋਗਰਾਮਾਂ 'ਤੇ ਆਵਾਸੀਆਂ ਦੀਆਂ ਸਮੱਸਿਆਵਾਂ 'ਤੇ ਡਿਸਕਸ਼ਨ ਕਰਦੇ ਹਾਂ। ਅੱਜ ਸਾਡੇ ਨਾਲ ਸਾਡੇ ਇੱਕ ਬਹੁਤ ਹੀ ਨਿੱਘੇ ਦੋਸਤ ਅਤੇ ਇੰਗਲੈਂਡ ਤੋਂ ਹਨ, ਉਹਨਾਂ ਦਾ ਨਾਮ ਹੈ ਤਰਸੇਮ ਪੂਰੇਵਾਲ। ਉਹ ਉੱਥੇ ਹਫ਼ਤਾਵਾਰੀ ਅਖਬਾਰ ਦੇਸ਼ ਪ੍ਰਦੇਸ਼ ਦੇ ਚੀਫ ਐਡੀਟਰ ਹਨ। ਤਰਸੇਮ ਜੀ, ਸਟੂਡੀਓ 'ਚ ਆਉਣ ਦਾ ਬਹੁਤ ਬਹੁਤ ਸ਼ੁਕਰੀਆ। ਮਿਹਰਬਾਨੀ। ਅਤੇ ਤੁਹਾਡਾ ਇੱਥੇ ਟੋਰਾਂਟੋ ਵਿੱਚ ਆਉਣ ਦਾ ਕਿੱਦਾਂ ਸਾਧਨ ਬਣਿਆ, ਕੀ ਇਹਦੇ ਪਿੱਛੇ ਕੀ ਮੰਤਵ ਸੀ? ਕਲਸੀ ਜੀ, ਕਹਾਣੀ ਇਸ ਤਰ੍ਹਾਂ ਕਿ ਸਾਡੇ ਲੋਕ ਜਿਹੜੇ ਪ੍ਰਦੇਸ਼ਾਂ 'ਚ ਵਸਦੇ ਆ, ਜਦੋਂ ਵੀ ਉਹਨਾਂ ਨੂੰ ਕੋਈ ਸਮਾਂ ਮਿਲੇ ਉਹ ਕੋਸ਼ਿਸ਼ ਕਰਦੇ ਰਹੇ ਹੁਣ ਤੱਕ, ਔਰ ਕਰਦੇ ਵੀ ਆ। ਜਿਹਨਾਂ ਦੇ ਮਾਂ ਬਾਪ ਪਿੱਛੇ ਜਿਉਂਦੇ ਆ, ਜਿਹੜਾ ਪਲ ਵੀ ਮਿਲੇ ਉਹ ਆਪਣੇ ਦੇਸ਼ ਜਾਂਦੇ ਆ, ਤਾਂ ਜੋ ਮਾਂ ਬਾਪ ਕੋਲ ਦੋ ਚਾਰ ਕੜੀਆਂ ਠਹਿਰ ਸਕਣ, ਮਿਲ ਸਕਣ। ਔਰ ਜਿਹਨਾਂ ਦੇ ਮਾਂ ਬਾਪ ਤੁਰ ਜਾਂਦੇ ਆ ਸਮੇਂ ਦੇ ਨਾਲ ਨਾਲ, ਉਹ ਲੋਕ ਉਸ ਮੁਲਕ ਤੋਂ ਹੌਲੀ ਹੌਲੀ ਦੂਰ ਹੁੰਦੇ ਜਾ ਰਹੇ ਆ। ਦੂਸਰੀ ਗੱਲ ਕਿ ਬੱਚੇ ਜਿਉਂ ਜਿਉਂ ਜਵਾਨ ਹੁੰਦੇ ਜਾ ਰਹੇ ਸਾਡੇ, ਇਹ ਬੱਚੇ ਉਸ ਮੁਲਕ ਨੂੰ ਪ੍ਰਦੇਸ਼ ਸਮਝਦੇ ਆ, ਔਰ ਇਹ ਬੱਚੇ ਕੈਨੇਡਾ ਨੂੰ, ਆਸਟ੍ਰੇਲੀਆ ਨੂੰ, ਅਮਰੀਕਾ ਨੂੰ, ਇਹ ਉਸ ਇੰਗਲੈਂਡ ਦੇ ਆਪਣਾ ਨੇੜੇ ਦਾ ਮੁਲਕ ਸਮਝਦੇ ਆ। ਇਹ ਭਜਦੇ ਇਹਨਾਂ ਨੂੰ, ਜਿਸ ਕਰਕੇ ਮੈਂ ਸਮਝਦਾ ਕਿ ਬਹੁਤੀ ਮਜਬੂਰੀ ਤੇ ਇਹਨਾਂ ਬੱਚਿਆਂ ਦੀ ਸੀ। ਉਹ ਕਹਿੰਦੇ ਅਸੀਂ ਇੰਡੀਆ ਹੁਣ ਨਹੀਂ ਜਾਣਾ ਔਰ ਕੈਨੇਡਾ ਜਾਣਾ। ਇਹਦਾ ਮਤਲਬ ਇਹ ਕਿ ਸਾਡੇ ਬੱਚੇ ਦਰਅਸਲ ਸਾਨੂੰ ਘੂ ਕੇ ਲਿਆਏ ਇੱਥੇ, ਵਰਨਾ ਮੈਂ ਪਿਛਲੇ 22 ਸਾਲ ਤੋਂ ਕੈਨੇਡਾ ਜਾਂ ਅਮਰੀਕਾ ਨਹੀਂ ਆ ਸਕਿਆ। ਤੇ ਮੈਂ ਸਮਝਦਾ ਕਿ ਬੱਚਿਆਂ ਦੀ ਮਿਹਰਬਾਨੀ ਸਮਝ ਲਓ, ਜਿਹਨਾਂ ਦੇ ਸਦਕੇ ਅਸੀਂ ਇੱਥੇ ਵੈਨਕੂਵਰ, ਕੈਲੀਫੋਰਨੀਆ, ਉਹ ਘੁੰਮਣ ਤੋਂ ਬਾਅਦ ਇੱਕ ਹਫ਼ਤੇ ਵਾਸਤੇ ਮੈਂ ਟੋਰਾਂਟੋ ਥੋੜ੍ਹੀ ਲੰਘ ਜਾਂਦਾ। ਤਸਲੀਮ ਜੀ, ਅਸੀਂ ਤੁਹਾਨੂੰ ਜੀ ਆਇਆਂ ਕਹਿੰਦੇ ਹਾਂ, ਔਰ ਸਮਝਦੇ ਬੱਚਿਆਂ ਦੀ ਇਹ ਬੜੀ ਚੰਗੀ ਗੱਲ ਹੈ ਵੀ ਤੁਹਾਡੇ ਦਰਸ਼ਨ ਕਰਨ ਦਾ ਸਾਨੂੰ ਇੱਥੇ ਸੁਭਾਗ ਮਿਲਿਆ। ਅਤੇ ਹੁਣ ਮੈਂ ਆਉਂਦਾ ਆਪਣੇ ਇੰਗਲੈਂਡ ਦੇ ਹਾਲਾਤ, ਜਿੱਥੇ ਜਿੱਥੇ ਵੀ ਸਾਡੇ ਆਵਾਸੀ ਵਸੇ ਆ, ਇੰਗਲੈਂਡ ਵਿੱਚ ਸਾਨੂੰ ਵਸਿਆਂ ਨੂੰ ਕੋਈ 25 ਸਾਲ ਹੋ ਗਏ ਆ। 1958 ਦੇ ਕਰੀਬ ਸਾਡੇ ਆਵਾਸੀ ਉੱਥੇ ਆਉਣੇ ਸ਼ੁਰੂ ਹੋਏ। ਉੱਥੇ ਆ ਕੇ ਉਹਨਾਂ ਨੇ ਕੀ ਕੁਝ ਕੀਤਾ, ਆਪਾਂ ਇਸ 'ਤੇ ਵਿਚਾਰ ਵਟਾਂਦਰਾ ਕਰਾਂਗੇ। ਮੈਂ ਵੀ ਤੁਹਾਡੇ ਨਾਲ ਉੱਥੇ ਕੁਛ ਟਾਈਮ ਬਿਤਾਇਆ 12 ਸਾਲ, ਅਤੇ ਮੈਂ ਚਾਹਾਂਗਾ ਵੀ ਉੱਥੇ ਦੀ ਹਾਲਤ ਅਤੇ ਤੁਸੀਂ ਚਾਨਣਾ ਪਾਓ। ਦੇਖੋ, ਉੱਥੇ ਦੀ ਹਾਲਤ ਮੈਨੂੰ ਸਮਝ ਨਹੀਂ ਲੱਗੀ ਵੀ ਤੁਸੀਂ ਕਿਹੜੇ ਪੱਖ ਤੋਂ ਪੁੱਛਣਾ ਚਾਹੁੰਦੇ ਹੋ। ਮੈਂ, ਮੇਰੇ ਪੱਖ ਸਾਰੇ ਹੋਣਗੇ। ਮੈਂ ਪਹਿਲਾਂ ਆਉਣਾ ਵੀ ਨਸਲੀ ਵਿਤਕਰਾ ਅੱਗੇ ਕਿਸ ਪੱਧਰ 'ਤੇ ਹੈ, ਜਦੋਂ 1962 ਜਾਂ ਜਿਹਨਾਂ ਦਿਨਾਂ 'ਚ ਜ਼ਿਆਦਾ ਇਮੀਗ੍ਰੇਸ਼ਨ ਹੋਈ ਉਦੋਂ ਸੀ ਜਾਂ ਹੁਣ ਹੈ। ਨਸਲੀ ਵਿਤਕਰਾ ਦਰਅਸਲ ਇਹ ਸਮੇਂ ਨਾਲ ਨਹੀਂ ਫਰਕ ਪਾਉਂਦਾ। ਮੈਂ ਸਮਝਦਾ ਕਿ ਨਸਲੀ ਵਿਤਕਰਾ ਸਰਕਾਰਾਂ ਨਾਲ ਸੰਬੰਧਿਤ ਹੁੰਦਾ। ਮਿਸਾਲ ਦੇ ਤੌਰ 'ਤੇ ਪਿਛਲੇ ਸਾਲ ਮੈਂ ਆਸਟ੍ਰੇਲੀਆ ਗਿਆ ਔਰ ਉੱਥੇ ਪਤਾ ਲੱਗਾ ਕਿ ਕਿਸੇ ਇੱਕ ਬੰਦੇ ਨੇ ਇੱਕ ਨਾਰਾ ਪਸ਼ਤ ਦਿੱਤਾ ਸੀ, ਬਲੈਕਸ ਗੋ ਹੋਮ। ਅੱਛਾ। ਅਤੇ ਉੱਥੇ ਦੇ ਪ੍ਰਾਈਮ ਮਿਨਿਸਟਰ ਮਿਸਟਰ ਫਰੇਜ਼ਰ ਸੀ, ਉਹਨੇ ਗਿਣੀ, ਉਹਨੇ ਇੱਕਦਮ ਉਹਨੂੰ ਉੱਤਰ ਦੇਣਾ ਪਿਆ ਕਿ ਇਹੋ ਜਿਹਾ ਨਾਰੇ ਲਾਉਣ ਵਾਲੇ ਇੰਗਲੈਂਡ ਜਾ ਕੇ ਲਾ ਸਕਦੇ ਆ, ਔਰ ਦੱਸਣ ਵੀ ਉਹਨਾਂ ਨੂੰ ਜਹਾਜ਼ ਕਿਸਨ ਚਾਹੀਦਾ ਵਾਪਸ ਜਾਣ ਲਈ। ਔਰ 1.5-2 ਸਾਲ ਤੋਂ ਉੱਥੇ ਇਸ ਕਿਸਮ ਦਾ ਨਾਰਾ ਮੁੜ ਕੇ ਨਹੀਂ ਲੱਗਾ। ਔਰ ਮੈਂ ਫਿਰ ਤੁਰ ਕੇ ਕੈਲੀਫੋਰਨੀਆ ਅਤੇ ਵੈਨਕੂਵਰ ਵੀ ਦੇਖਿਆ, ਇੱਥੇ ਨਸਲੀ ਨਫ਼ਰਤ ਅਜੇ ਉਸ ਕਿਸਮ ਦੀ ਇੰਗਲੈਂਡ ਵਰਗੀ ਬਿਲਕੁਲ ਹੈ ਨਹੀਂ। ਹੈ ਥੋੜ੍ਹੀ ਬਹੁਤ, ਲੇਕਿਨ ਉਹ ਗੱਲ ਨਹੀਂ ਹੈਗੀ। ਅੱਛਾ, ਇਹਦਾ ਕਹਿਣ ਤੋਂ ਤੁਹਾਡਾ ਭਾਵ ਹੈ ਵੀ ਇੰਗਲੈਂਡ ਵਿੱਚ ਅਜੇ ਵੀ ਨਸਲੀ ਜਿਹੜੀ ਹੈਗੀ ਹੈ ਵਿਤਕਰਾ ਬਹੁਤ ਹੈ? ਇੰਗਲੈਂਡ ਦੇ ਵਿੱਚ ਨਸਲੀ ਵਿਤਕਰਾ ਅੱਗੇ ਨਾਲੋਂ ਜ਼ਿਆਦਾ ਵਧਿਆ ਹੈਗਾ। ਅੱਛਾ, ਵਧਿਆ ਵੀ ਆ, ਔਰ ਮੈਨੂੰ ਨਜ਼ਰ ਆਉਂਦਾ ਕਿ ਇਹ ਹੋਰ ਬੇਕਾਰੀ ਦੇ ਨਾਲ ਨਾਲ ਵਧੇਗਾ ਵੀ, ਕਿਉਂਕਿ ਜਦੋਂ ਬੇਕਾਰੀ ਜ਼ਿਆਦਾ ਹੋਈ ਤੇ ਲੋਕਾਂ ਨੇ, ਬੇਕਾਰ ਲੋਕਾਂ ਨੇ ਗਵਰਨਮੈਂਟ ਦੇ ਜਾਂ ਸਰਕਾਰ ਦੇ ਗਲ ਪੈਣਾ, ਔਰ ਜਦੋਂ ਸਰਕਾਰ ਦੇ ਗਲ ਪੈਣ ਲੱਗੇ ਉਹਨਾਂ ਨੇ ਆਪਣੇ ਕੋਲ ਲਾ ਕੇ ਮਨੋਰਟੀਸ ਤੇ ਗਲ ਪਾਉਣਾ ਵੀ ਭਾਈ ਇਹ ਬੰਦੇ ਬੈਠੇ ਜਿਹਨਾਂ ਕਰਕੇ ਇਹ ਸਾਰੀ ਤੁਹਾਡੀ ਬੇਕਾਰੀ ਪੈਦਾ ਹੋਈ ਆ, ਔਰ ਇਹ ਆਪੋ ਵਿੱਚ ਹੀ ਇਹ ਵਿਤਕਰੇ ਵਧਣੇ ਹੈਗੇ ਆ। ਔਰ ਇਹ ਹਾਲਾਤ 1962 ਤੋਂ ਲੈ ਕੇ ਮੈਂ ਦੇਖਦਾ ਜਿਵੇਂ ਆ ਰਿਹਾ, ਇੰਨੇ ਭੈੜੇ ਹੋਏ ਆ ਕਿ ਹੁਣ ਮੈਨੂੰ ਕੋਈ ਰਾਤ ਨੂੰ 10 ਵਜੇ ਤੋਂ ਬਾਅਦ ਤੁਰ ਕੇ ਦਿਖਾਵੇ ਸੜਕ ਤੇ, ਜੇ ਤੁਰਦਾ ਉਹਦੀ ਪੱਗ ਲਾਉਂਦੇ ਆ, ਉਹਦੀਆਂ ਐਨਕਾਂ ਲਾ ਲੈਂਦੇ ਆ, ਉਹ ਕੁੱਟਦੇ ਮਾਰਦੇ ਵੀ ਆ। ਔਰ ਸਰਕਾਰ ਦੀ ਦੇਣ ਨਸਲੀ ਵਿਤਕਰਾ, ਮੈਂ ਇਹ ਸਮਝਦਾ ਕਿ 1981 'ਚ ਇੰਨੇ ਸਕਿਨ ਹੈਡ ਪੈਦਾ ਹੋ ਗਿਆ ਸੀ, ਜਦੋਂ ਉੱਥੇ ਦੀ ਪ੍ਰਾਈਮ ਮਿਨਿਸਟਰ ਨੇ ਇਹ ਕਹਿਤਾ ਸੀ ਕਿ ਇਹ ਜਿਹੜੇ ਬਾਹਰਲੇ ਕਾਲੇ ਲੋਕ ਆਉਂਦੇ ਆ, ਇਹ ਸਾਡੀ ਸਭਿਅਤਾ ਲਈ ਚੈਲੰਜ ਆ, ਔਰ ਸਾਡੀ ਸਭਿਅਤਾ ਨੂੰ ਖਰਾਬ ਕਰ ਦੇਣਗੇ, ਤੇ ਉੱਥੇ ਸਕਿਨ ਹੈਡ ਰਾਤੋ ਰਾਤ ਹੀ ਪੈਦਾ ਹੋਇਆ। ਔਰ ਤੁਹਾਨੂੰ ਸ਼ਾਇਦ ਪਤਾ ਹੀ ਹੋਵੇ ਇਸ ਗੱਲ ਦਾ
ਕਿ 1981 ਜੂਨ ਜੁਲਾਈ ਚ ਹਾਂ ਮੈਂ ਉੱਥੇ ਸੀ ਉਹਨਾਂ ਦੇ ਨੇ ਜਦੋਂ ਸਾਊਥ ਹਾਲ ਦੇ ਵਿੱਚ ਸਾਊਥ ਹਾਲ ਤੇ ਉਹਨਾਂ ਨੇ ਅਟੈਕ ਕੀਤਾ 5-600 ਸਕੈਨਰ ਇਕੱਠੇ ਹੋ ਕੇ ਆ ਗਏ ਔਰ ਉਹਨਾਂ ਨੇ ਸਾਡੀਆਂ ਔਰਤਾਂ ਨੂੰ ਕੁੱਟਣਾ ਸ਼ੁਰੂ ਕੀਤਾ 2-4 ਦੁਕਾਨਾਂ ਦੇ ਸ਼ੀਸ਼ੇ ਹੀ ਬੰਨੇ ਔਰ ਸਾਡੀ ਜੰਗਲ ਜਨਰੇਸ਼ਨ ਨੇ ਅਸੀਂ ਤਾਂ ਚੁੱਪ ਕਰਕੇ ਸਹੀ ਜਾਂਦੇ ਸੀ 18-20 ਸਾਲ ਦੇ ਉਹ ਵੀ ਸਹਿ ਜਾਣਾ ਸੀਗਾ ਕੁੱਟ ਵੀ ਖਾਣੀ ਚੁੱਪ ਵੀ ਕਰ ਜਾਣਾ ਸੀ ਪਰ ਸਾਡੀ ਜੰਗਲ ਜਨਰੇਸ਼ਨ ਦੇ ਮੁੰਡੇ ਜਿਨ੍ਹਾਂ ਦੀ ਉਮਰ ਮੈਂ ਉਸ ਵੇਲੇ ਉੱਥੇ ਸੀ ਸਾਊਥਾਂ ਦੇ ਵਿੱਚ ਸੀ ਮੈਂ ਸਾਰਾ ਨਜ਼ਾਰਾ ਦੇਖਿਆ ਵੀ ਆ ਉਹਨਾਂ ਦੀ ਉਮਰ 18-20 ਸਾਲ ਤੋਂ ਜ਼ਿਆਦਾ ਨਹੀਂ ਸੀ ਉਹ ਯੰਗ ਮੁੰਡਿਆਂ ਨੇ ਉਹਨਾਂ ਤੇ ਡਿਫੈਂਸ ਵਜੋਂ ਮੁਕਾਬਲਾ ਕੀਤਾ ਪੁਲਿਸ ਦਾ ਪੁਲਿਸ ਦਾ ਮੁਕਾਬਲਾ ਕੀਤਾ ਪੱਬ ਨੂੰ ਅੱਗ ਵੀ ਲਾਈ ਔਰ ਫਾਇਰ ਬ੍ਰਿਗੇਡ ਅੱਗ ਬੁਝਾਉਣ ਆਏ ਤਾਂ ਉਹਨਾਂ ਨੇ ਫਾਇਰ ਬ੍ਰਿਗੇਡ ਨੂੰ ਇੱਕ ਗਜ਼ ਵੀ ਹਿੱਲਣ ਨਹੀਂ ਦਿੱਤਾ ਔਰ ਦੂਜੇ ਦਿਨ ਹੀ ਹੋਮ ਸੈਕਟਰੀ ਦੇ ਬਿਆਨ ਸੀ ਬਈ ਇਹ ਜਿਹੜੀ ਜਨਰੇਸ਼ਨ ਹੈਗੀ ਆ ਇਹਨਾਂ ਨੂੰ ਪੁਰਾਣੀ ਜਨਰੇਸ਼ਨ ਨਾਲ ਟਪੜਾ ਨਾ ਖਾਓ ਉਹ ਮਾਰ ਖਾਈ ਗਏ ਇਹਨਾਂ ਨੇ ਖਾਣੀ ਔਰ ਦੂਜੇ ਦਿਨ ਹੀ ਸਰਕਾਰ ਦੀ ਪਾਲਿਸੀ ਇਸ ਗੱਲ ਤੇ ਚੇਂਜ ਹੋਈ ਹੈ ਔਰ ਇੱਕ ਮਹੀਨੇ ਬਾਅਦ ਉੱਥੇ ਕੋਈ ਸਕੈਨਹੈਡ ਰਿਹਾ ਹੀ ਨਹੀਂ ਜਿੱਥੋਂ ਸਪਸ਼ਟ ਨਜ਼ਰ ਆਉਂਦਾ ਹੈ ਕਿ ਇਹ ਜਿਹੜੀ ਐਸਟੈਬਲਿਸ਼ਮੈਂਟ ਹੁੰਦੀ ਆ ਇੱਥੋਂ ਤੱਕ ਪੁਲਿਸ ਵੀ ਨਾਲ ਹੁੰਦੀ ਆ ਤੇ ਤੁਸੀਂ ਇਹਦਾ ਦੋਸ਼ ਗਵਰਨਮੈਂਟਾਂ ਤੇ ਲਾਉਨੇ ਆ ਤੁਸੀਂ ਕਹਿੰਦੇ ਪਈ ਗਵਰਨਮੈਂਟ ਹੀ ਕਰਾਉਂਦੀ ਜੋ ਕੁਝ ਕਰਾਉਂਦੀ ਆ ਐਸਟੈਬਲਿਸ਼ਮੈਂਟ ਕਰਾਉਂਦੀ ਆ ਗਵਰਨਮੈਂਟ ਕਰਾਉਂਦੀ ਆ ਔਰ ਜਦੋਂ ਬੇਕਾਰੀ ਦੇ ਹਾਲਾਤ ਜ਼ਿਆਦਾ ਵਿਗੜਦੇ ਆ ਤੇ ਉਹ ਗਵਰਨਮੈਂਟ ਹੀ ਚੱਕ ਕੇ ਫੇਰ ਗੱਲ ਪਾਉਂਦੀ ਆ ਅੱਛਾ ਇਸ ਨੂੰ ਅਸੀਂ ਅਗਲੇ ਪੁਆਇੰਟ ਤੇ ਆਉਨੇ ਆ ਵੀ ਸਾਡੀ ਕਮਿਊਨਿਟੀ ਨੇ ਇਹਨਾਂ ਗੱਲਾਂ ਨੂੰ ਇਹਨਾਂ ਦੇ ਖਿਲਾਫ ਸਾਂ ਇਹਨਾਂ ਨੂੰ ਰੋਕਣ ਲਈ ਹੁਣ ਤੱਕ ਕੀ ਜਥੇਬੰਦੀਆਂ ਕੀਤੀਆਂ ਦੇਖੋ ਰੋਕਣ ਲਈ ਜਿਹੜੀ ਤਾਂ ਸਾਡੀ ਸਾਡੇ ਵਾਲੀ ਪੀੜ੍ਹੀ ਸੀਗੀ ਇਹਨਾਂ 'ਚ ਤਾਂ ਜਿਹੜੀ ਥੋੜ੍ਹੀ ਬਹੁਤ ਜਾਨ ਸੀਗੀ ਵੀ ਜਿਵੇਂ ਸ਼ਾਇਦ ਤੁਹਾਨੂੰ ਪਤਾ ਹੀ ਹੋਵੇ ਕਿ ਇੰਡੀਅਨ ਵਰਕਰ ਐਸੋਸੀਏਸ਼ਨ ਦੀਆਂ ਜਗ੍ਹਾ ਜਗ੍ਹਾ ਬ੍ਰਾਂਚਾਂ ਸੀ ਔਰ ਇੰਡੀਅਨ ਵਰਕਰ ਐਸੋਸੀਏਸ਼ਨ ਸਾਊਥ ਹਾਲ ਨੇ ਅੱਜ ਤੱਕ ਇਹੋ ਜਿਹੇ ਨਸਲੀ ਵਿਤਕਰੇ ਖਿਲਾਫ਼ ਜਾਂ ਇਮੀਗ੍ਰੇਸ਼ਨ ਐਕਟ ਦੇ ਖਿਲਾਫ਼ ਹਜ਼ਾਰਾਂ ਜਲੂਸ ਕੱਢੇ ਆ ਪਰ ਹੁਣ ਉਹਨਾਂ ਦੀ ਹੋ ਗਈ ਬਸ ਇਹ ਲੀਡਰ ਬੁੱਢੇ ਹੋ ਗਏ ਖਤਮ ਹੋ ਗਏ ਜਿਹੜੇ ਥੋੜੇ ਬਹੁਤ ਬਚੇ ਉਹ ਸਰਕਾਰ ਨੇ ਸਰਕਾਰੀ ਨੌਕਰੀਆਂ ਦੇ ਕੇ ਖਰੀਦ ਲਏ ਤੇ ਇਸੇ ਕਿਸਮ ਦੇ ਨਸਲੀ ਵਿਤਕਰੇ ਚੋਂ ਇੱਕ ਜਮਾਤ ਪੈਦਾ ਹੋਈ ਸੀ ਜੰਗਲ ਜਨਰੇਸ਼ਨ ਚੋਂ ਉਹਦਾ ਨਾਂ ਸੀ ਸਾਊਥਾਲ ਯੂਥ ਮੂਵਮੈਂਟ ਬੜੇ ਗਰਮ ਮੁੰਡੇ ਸੀਗੇ ਜਦੋਂ ਗੁਰਦੀਪ ਚੰਗਰ ਦਾ ਨਸਲੀ ਕਤਲ ਹੋਇਆ ਤੇ ਉਹਦੀ ਪੈਦਾਇਸ਼ ਸੀ ਉਹ ਸਰਕਾਰ ਨੇ ਦੇਖਿਆ ਵੀ ਇਹ ਬੰਦੇ ਜੇ ਉੱਠ ਖੜੇ ਹੋਏ ਤਾਂ ਪਤਾ ਨੀ ਕੀ ਕੁਛ ਕਰਦੇ ਹੋਣਾ ਤਾਂ ਉਸੇ ਦਿਨ ਹੀ ਸਰਕਾਰ ਨੇ ਉਹਨਾਂ ਦੇ ਸੈਕਟਰੀ ਨੂੰ 1.5 ਲੱਖ ਪਾਉਣ ਦੀ ਗ੍ਰਾਂਟ ਦੇ ਦਿੱਤੀ ਗ੍ਰਾਂਟ ਦੇ ਕੇ ਚੁੱਪ ਕਰਕੇ ਬਿਠਾ ਦਿੱਤਾ ਔਰ ਉਹ ਸਾਲ ਦੇ ਸਾਲ ਗ੍ਰਾਂਟ ਮਿਲੀ ਜਾਂਦੀ ਹੈ ਉਹ ਵੀ ਖਤਮ ਹੋ ਗਿਆ ਇਸ ਦਾ ਮਤਲਬ ਇਹ ਆ ਵੀ ਜਿਹੜੇ ਸਾਡੀ ਕਮਿਊਨਿਟੀ ਦੇ ਵਿੱਚੋਂ ਹੀ ਲੋਕ ਚਮਚਾਗਿਰੀ ਕਰਕੇ ਤੇ ਉਹ ਖਤਮ ਹੋ ਜਾਂਦੇ ਆ ਅੱਛਾ ਇੱਥੇ ਮੈਂ ਆਵਾਂਗਾ ਕਿ ਗੁਰਦੁਆਰੇ ਜਿਹੜੇ ਸਾਡੇ ਆ ਸਾਡੇ ਆਧਾਰਿਤ ਇਹੀ ਹੈ ਨਿਊਕਲੀਅਸ ਆ ਸਾਡੀ ਕਮਿਊਨਿਟੀ ਦੇ ਜਨਰਲੀ ਇਹਨਾਂ ਨੇ ਕੀ ਕੋਈ ਰੋਲ ਅਦਾ ਕੀਤਾ ਇਸ ਇਹਨਾਂ ਚੀਜ਼ਾਂ ਨੂੰ ਹੱਲ ਇਹਨਾਂ ਦਾ ਹੱਲ ਲੱਭਣ ਲਈ ਦੇਖੋ ਨਸਲੀ ਵਿਤਕਰੇ ਬਾਰੇ ਗੁਰਦੁਆਰੇ ਕੁਛ ਨਹੀਂ ਕਰ ਸਕੇ ਉਹਨਾਂ ਨੇ ਜੇ ਕੀਤਾ ਹੈਗਾ ਤੇ ਸਿਰਫ 2-4 ਜਲੂਸ ਕਮਾਲ ਦੇ ਕੱਢੇ ਹੈਗਾ ਜਿੱਦਾਂ ਮਿਸਾਲ ਦੇ ਤੌਰ ਤੇ ਲਾਰਡ ਡੈਨਿੰਗ ਦੀ ਰਿਪੋਰਟ ਹੈ ਤੇ ਆ ਗਈ ਪੱਕ ਤੇ ਵੀ ਸਿੱਖ ਜਿਹੜੇ ਹੈਗੇ ਆ ਇਹ ਕੋਈ ਕੌਮ ਨਹੀਂ ਕੋਈ ਇਹ ਮਾੜਾ ਮੋਟਾ ਵੀ ਨਸਲੀ ਗਰੁੱਪ ਵੀ ਹੈ ਨਹੀਂ ਉਹ ਜਿੱਦਾਂ ਦੇ ਮੂਨੀ ਸਾਹਿਬ ਜਿੱਦਾਂ ਦੇ ਸਕਿਨ ਹੈਗੇ ਇੱਦਾਂ ਦੇ ਹੈਗੇ ਆ ਉਹਦੇ ਖਿਲਾਫ਼ ਜਜ਼ਬਾ ਸੀ ਔਰ ਉਹਦੇ ਖਿਲਾਫ਼ ਕਿਉਂਕਿ ਇੰਡੀਅਨ ਵਰਕਰ ਐਸੋਸੀਏਸ਼ਨ ਦੀ ਔਰ ਯੂਥ ਮੂਵਮੈਂਟ ਦੀ ਔਰ ਇਸੇ ਕਿਸਮ ਦੀਆਂ 1300 ਹੋਰ ਹਿੰਦੁਸਤਾਨੀ ਸੰਸਥਾਵਾਂ ਦੀ ਜਿਨ੍ਹਾਂ 'ਚ ਮੇਨ ਸੰਸਥਾਵਾਂ ਪੰਜਾਬੀਆਂ ਦੀ ਸੀ ਉਹਨਾਂ ਦੀ ਬਸ ਹੋ ਚੁੱਕੀ ਸੀ ਤਾਂ ਉਹ ਗੁਰਦੁਆਰਿਆਂ ਨੇ ਫਿਰ ਪਾਰਟ ਪਲੇ ਕੀਤਾ ਔਰ ਗੁਰਦੁਆਰਿਆਂ ਦੇ ਸਿਰ ਤੇ ਹੀ ਉੱਥੇ ਦੇ ਟੈਲੀਗ੍ਰਾਫ ਦੀ ਔਰ ਟਾਈਮਸ ਦੀ ਰਿਪੋਰਟ ਹੈ ਕਿ 40,000 ਬੰਦਾ ਉਸ ਲੰਡਨ ਦੇ ਜਲੂਸ 'ਚ ਸ਼ਾਮਲ ਹੋਇਆ ਜਿਹੜਾ ਕਹਿੰਦਾ ਸੀ ਕਿ ਲਾਰਡ ਡੈਨਿੰਗ ਦੀ ਰਿਪੋਰਟ ਗਲਤ ਹੈ ਗਵਰਨਮੈਂਟ ਨੇ ਇਹਨੂੰ ਚੇਂਜ ਕਰੇ ਵੀ ਸਿੱਖ ਜਿਹੜੇ ਆ ਉਹ ਕੋਈ ਕੌਮ ਹੀ ਨਹੀਂ ਹੈਗੇ ਸੋ ਮੇਰਾ ਕਹਿੰਦਾ ਮਤਲਬ ਕਿ ਗੁਰਦੁਆਰਿਆਂ ਨੇ ਇਸ ਕਿਸਮ ਦੇ ਮਸਲੇ ਤੇ ਬੇਸ਼ੱਕ ਕਾਫੀ ਸਾਥ ਦਿੱਤਾ ਹੈਗਾ ਲੇਕਿਨ ਜੇ ਤੁਸੀਂ ਕਹੋ ਕਿ ਉਹਨਾਂ ਗੁਰਦੁਆਰਿਆਂ ਨੇ ਆਪਣੀ ਕੋ ਪੀੜ੍ਹੀ ਨੂੰ ਗਾਂ ਇਸ ਪਾਸੇ ਲਾਉਣ ਲਈ ਜਾਂ ਆਪਣਾ ਵਿਰਸਾ ਸਾਂਭਣ ਲਈ ਕੁਛ ਕੀਤਾ ਹੋਵੇ ਉਹਦੇ 'ਚ ਉਹ ਬਹੁਤ ਬੁਰੀ ਤਰ੍ਹਾਂ ਫੇਲ ਰਹੇ ਆ ਜਿੱਦਾਂ ਦੀਆਂ ਲੜਾਈਆਂ ਤੁਹਾਡੇ ਇੱਥੇ ਕੈਨੇਡਾ 'ਚ ਹੋ ਰਹੀਆਂ ਉਸ ਲੈਵਲ ਤੋਂ ਬੇਸ਼ੱਕ ਘੱਟ ਹੈਗੀਆਂ ਉੱਥੇ ਲੇਕਿਨ ਹਰ ਗੁਰਦੁਆਰਾ ਕਰੀਬ ਕਰੀਬ 200 ਗੁਰਦੁਆਰੇ 'ਚੋਂ 150 ਗੁਰਦੁਆਰਾ ਹਾਈ ਕੋਰਟ 'ਚ ਗਿਆ ਜ਼ਰੂਰ ਹੈ ਅੱਛਾ ਇਹ ਬਹੁਤ ਮੈਂ ਸਮਝਦਾ ਸਾਡੇ ਲਈ ਬੁਰੀ ਜੀ ਗੱਲ ਆ ਇਸ ਅਧਾਰੇ ਸਾਡੇ ਨਿਊਕਲਸ ਜਿਹੜੇ ਆ ਜਿਹੜਾ ਇੱਕੋ ਇੱਕ ਨਿਊਕਲਸ ਆ ਤੇ ਉਹ ਵੀ ਇਹ ਕੰਮ ਨਹੀਂ ਕਰ ਰਹੇ ਅੱਛਾ ਇਹ ਤੋਂ ਬਾਅਦ ਮੈਂ ਆਉਣਾ ਸਾਡੀ ਨਵੀਂ ਪੀੜ੍ਹੀ ਦਾ ਕੀ ਹਾਲ ਹੈ ਉਹਨਾਂ ਨੇ ਸਾਡੇ ਵਿਰਸੇ ਨੂੰ ਅਪਣਾਇਆ ਜਾਂ ਉਹਨਾਂ ਦਾ ਭਵਿੱਖ ਉਹਨਾਂ ਨੇ ਕੀ ਚਾਹੁੰਦੇ ਆ ਸਾਡੇ ਤੋਂ ਉਹ ਜਿਹੜੀ ਨਵੀਂ ਪੀੜ੍ਹੀ ਦੇਖੋ ਜਿੱਥੋਂ ਤੱਕ ਵਿਰਸੇ ਦਾ ਸਵਾਲ ਹੈ ਵਿਰਸੇ ਦੇ ਵਿੱਚ ਤਾਂ ਤੁਸੀਂ ਜ਼ਬਾਨ ਲਓਗੇ ਮੇਨਲੀ ਪੰਜਾਬੀ ਜ਼ਬਾਨ ਜੇ ਜ਼ਬਾਨ ਹੀ ਨਹੀਂ ਆਉਂਦੀ ਤੇ ਉਹ ਤੁਹਾਡੇ ਨਾ ਧਰਮ ਤੋਂ ਵਾਕਫ ਹੈ ਨਾ ਤੁਹਾਡੀ ਪਿਛਲੀ ਸੰਸਕ੍ਰਿਤੀ ਤੋਂ ਸਭਿਅਤਾ ਤੋਂ ਉਹ ਤਾਂ ਕਲਚਰ ਤੋਂ ਬਿਲਕੁਲ ਭੁੱਲ ਜਾਣਗੇ ਜੇ ਉਹਨੂੰ ਕੋਈ ਜ਼ਬਾਨ ਹੀ ਹੈ ਨਹੀਂ ਤੇ ਜ਼ਬਾਨ ਦੀ ਖਾਤਰ ਪੰਜਾਬੀ ਜ਼ਬਾਨ ਦੀ ਖਾਤਰ ਸਪੈਸ਼ਲੀ
ਗੁਰਦੁਆਰਿਆਂ ਨੇ ਕੀ ਕੀਤਾ ਕਿ ਸਕੂਲ ਜਗ੍ਹਾ ਜਗ੍ਹਾ ਲਾਤੇ, ਲੇਕਿਨ ਉਹਨਾਂ ਸਕੂਲਾਂ ਦਾ ਫਾਇਦਾ ਕੀ ਜੇ ਨਿਆਣੇ ਊੜਾ ਏੜਾ ਹੀ ਪੜ੍ਹ ਸਕੇ, ਊੜਾ ਏੜਾ ਪੜ੍ਹਨਾ ਤਾਂ ਗੱਲ ਨੀ ਬਣਨੀ, ਜੇ ਚਿੱਠੀ ਉਠਾਲਣ ਜੋਗੇ ਕਰਦੇ ਤੇ ਉਹ ਤਾਂ ਕੋਈ ਮਾਇਨਾ ਨੀ ਰੱਖਦਾ। ਸੋ ਉਹਨਾਂ ਗੁਰਦੁਆਰਿਆਂ ਨੇ ਕੋਈ ਰੋਲ ਅਦਾ ਨੀ ਕੀਤਾ ਔਰ ਇਸ ਵਿਰਸੇ ਨੂੰ ਸਾਂਭਣ ਲਈ, ਔਰ ਮੈਂ ਸਮਝਦਾ ਕਿ ਜ਼ੁਬਾਨ ਜਦੋਂ ਗਈ ਤੇ ਸਭ ਕੁਛ ਹੀ ਗਿਆ। ਉਹ ਪਹਿਰਾਵਾ ਤੇ ਪੁਸ਼ਾਕ ਤੇ ਉਹ ਪਹਿਲਾਂ ਹੀ ਗੋਰਿਆਂ ਕੀ ਪਾਉਂਦੇ ਆ, ਖੁਰਾਕ ਉਹਨਾਂ ਦੀ ਪਹਿਲਾਂ ਹੀ ਬਦਲ ਚੁੱਕੀ ਹੈ, ਗਾਂ ਬੋਲੀ ਵੀ ਬਦਲ ਗਈ। ਔਰ ਤੁਸੀਂ ਹੌਲੀ ਹੌਲੀ ਦੇਖਿਓ ਵੀ ਜਿਹੜੀ ਗੁਰਦੁਆਰਿਆਂ ਦੀ ਮੰਦੀ ਹਾਲਤ ਹੈ ਉਹਨਾਂ ਵੱਲ ਦੇਖ ਕੇ ਬੱਚੇ ਗੁਰਦੁਆਰੇ ਤਾਂ ਜਾਂਦੇ ਨੀ, ਜਿੱਦਾਂ ਇੱਕ ਵਾਰੀ ਪੱਗ ਲੈਂਦੀ ਉਹ ਦੂਜੇ ਦਿਨ ਮੋਹਰ ਦੀ ਨੀ ਲੰਘਦੇ। ਇਹਦਾ ਮਤਲਬ ਇਹ ਹੈ ਕਿ ਇਹ ਬੱਚੇ ਹੌਲੀ ਹੌਲੀ ਜਾਂ ਤੇ ਸੰਡੇ ਸਕੂਲ ਆਸਾਈਆਂ ਦੇ ਜਾਣਗੇ, ਜੇ ਪੂਰੀ ਤਰ੍ਹਾਂ ਉਹ ਲੋਕ ਨਾ ਖਿੱਚ ਸਕੇ ਕਿਉਂਕਿ ਉਹਨਾਂ ਚ ਵੀ ਇੰਨੀ ਜਾਣ ਹੈ ਨੀ ਹੁਣ, ਵੀ ਉਹ ਤਾਂ ਆਪਣੇ ਨੀ ਖਿੱਚ ਸਕਦੇ, ਸਾਡੇ ਬੱਚਿਆਂ ਨੂੰ ਕੀ ਖਿੱਚਣਗੇ। ਤਾਂ ਇਹ ਬੰਦੇ ਇਹੋ ਜਿਹਾ ਕਚਮਰ ਹੋਣਗੇ, ਇਹਨਾਂ ਦਾ ਕੋਈ ਧਰਮ ਨੀ, ਬੇਧਰਮ ਲੋਕ ਹੋਣਗੇ ਲੋਕ। ਮੈਨੂੰ ਲੱਗਦਾ ਉੱਥੇ ਪੰਜਾਂ ਸੱਤਾਂ ਸਾਲਾਂ ਚ ਹਾਲਾਤ ਇੰਨੇ ਵਿਗੜ ਜਾਣਗੇ ਵੀ ਲੋਕਾਂ ਨੂੰ, ਚਲੋ ਇੰਟਰਨੈਸ਼ਨਲ ਪ੍ਰੈਸ਼ਰ ਥੱਲੇ ਉਹ ਮੁਲਕ ਏਦਾਂ ਨੀ ਕਰਨ ਲੱਗਾ ਕਿ ਉਹ ਕਹੂਗਾ ਵੀ ਕਰੋੜ ਬੰਦੇ ਸਾਰੇ ਦੌੜ ਜਾਓ, ਏਦਾਂ ਉਹਨਾਂ ਤੋਂ ਨਹੀਂ ਹੋਣੀ। ਲੇਕਿਨ ਏਦਾਂ ਜ਼ਰੂਰ ਉਹ ਕਰ ਸਕਦੇ ਆ ਕਿ ਇਸ ਕਿਸਮ ਦਾ ਕਾਨੂੰਨ ਪਾਸ ਕਰ ਸਕਦੇ ਵੀ ਜਿਹੜੇ ਪੰਜ ਸੱਤ ਸਾਲ ਤੋਂ ਬੇਕਾਰ ਬੰਦੇ ਬੈਠੇ ਆ, ਕੋਈ ਜੋਬ ਨਹੀਂ ਲੱਭ ਸਕੇ, ਵੀ ਉਹਨਾਂ ਨੂੰ ਉਸ ਨੈਸ਼ਨਲ ਅਸਿਸਟੈਂਸ ਸਰਕਾਰੀ ਪਤਾ ਨੀ ਦੇਣਗੇ। ਜੇ ਸਰਕਾਰੀ ਪਤਾ ਜਿਹੜੇ 35-40 ਪਾਉਂਡ ਮਿਲਦੇ ਉਹ ਵੀ ਬੰਦ ਹੋ ਗਏ, ਤਾਂ ਉੱਥੇ ਲੋਕਾਂ ਨੇ ਭੁੱਖੇ ਮਰ ਕੇ ਆਪਣੇ ਆਪ ਹੀ ਮਜਬੂਰ ਹੋ ਕੇ ਇੱਧਰ ਉੱਧਰ ਜਾਣਾ ਹੈਗਾ। ਔਰ ਮੈਂ ਇਸੇ ਕਰਕੇ ਇਹ ਤੇ ਜ਼ੋਰ ਦਿਆਂਗਾ ਕਿ ਸਾਡੇ ਉੱਥੇ ਦੀ ਜਿਹੜੀ ਫਿਊਚਰ ਭਵਿੱਖ ਹੈਗਾ ਔਲਾਦ ਦਾ ਉਹ ਇੰਨਾ ਭੈੜਾ ਵੀ ਉਹਨਾਂ ਨੂੰ ਡੈਫੀਨਟਲੀ ਸੋਚਣਾ ਚਾਹੀਦਾ ਇਹਦੇ ਬਾਰੇ। ਅਜੇ ਅਜੇ ਇਹ ਮੁਲਕ ਡਿਵੈਲਪ ਕਰ ਰਹੇ ਨੇ, ਇੱਥੇ 2.5 ਲੱਖ ਦੀ ਆਬਾਦੀ ਹੈ ਔਰ ਐਡਾ ਬੜਾ ਮੁਲਕ ਹੈ, ਇਹਨਾਂ ਲੋਕਾਂ ਚ ਅਜੇ ਉਹ ਇੰਨਾ ਤੰਗੀਆਂ ਨਹੀਂ ਆਉਣੀਆਂ। ਇੱਥੇ ਜੋਬ ਪ੍ਰੋਬਲਮ ਹੈਗੀ ਆ ਤਾਂ ਉਹਦੇ ਪਿੱਛੇ ਸੋਚੀ ਸਮਝੀ ਸਕੀਮ ਹੈਗੀ ਕੋਈ, ਇਹ ਆਪਣੇ ਆਪ ਪੈਦਾ ਨਹੀਂ ਹੋਈਆਂ, ਇਹ ਕੀਤੀਆਂ ਗਈਆਂ ਹੈਗੀਆਂ। ਤੇ ਉੱਥੇ ਦਾ ਭਵਿੱਖ ਮੈਨੂੰ ਜੋ ਨਜ਼ਰ ਆਉਂਦਾ ਕਲਸੀ ਜੀ ਇਹ ਹੈ ਕਿ 5-7 ਸਾਲਾਂ ਚ ਸਾਡੇ ਲੋ ਦੇ ਬੰਦੇ ਜਿਹੜੇ ਨਾ ਉਹ ਤੇ ਚਾਹੇ ਜਾਣਗੇ ਦੇਸ਼ ਵਾਪਸ, ਤੇ ਚਾਹੇ ਉਹ ਹੱਥ ਪੈਰੇ ਦੁਰਦਨ ਬਣਗੇ, ਉਹਨਾਂ ਲਈ ਉੱਥੇ ਰਹਿਣਾ ਮੁਸ਼ਕਲ ਹੋ ਜਾਏਗਾ, ਕਾਫੀ ਮੁਸ਼ਕਲ ਹੋ ਜਾਏਗਾ। ਕਿਉਂਕਿ ਮੈਂ ਤੁਹਾਨੂੰ ਥੋੜ੍ਹਾ ਜਿਹਾ ਦੱਸਣਾ ਚਾਹੁੰਦਾ ਕਿ ਅੱਜ 26 ਸਾਲ ਦੇ ਜਾਂ 25 ਸਾਲ ਦੇ ਬੰਦੇ ਨੂੰ ਬੱਚੇ ਨੂੰ ਅਗਰ ਉਹਦਾ ਕੋਈ ਕੰਮ ਜੋਬ ਛੁੱਟ ਗਈ ਆ ਤੇ ਮੇਰਾ ਖਿਆਲ ਹੈ ਕਿ 5-7 ਸਾਲ ਤੋਂ ਪਹਿਲਾਂ ਉਹਦੇ ਲਈ ਕੋਈ ਚਾਂਸ ਨਹੀਂ ਵੀ ਉੱਥੇ ਜੋਬ ਮਿਲ ਸਕੇ ਉਹਨੂੰ। ਔਰ ਇਸੇ ਕਰਕੇ ਸਾਡੀ ਜੰਗਲ ਜਨਰੇਸ਼ਨ ਹੁਣ ਹੱਥ ਪੈਰ ਮਾਰ ਰਹੀ ਆ, ਕੋਈ ਆਸਟ੍ਰੇਲੀਆ ਅਪਲਾਈ ਕਰ ਰਿਹਾ, ਕੋਈ ਕੈਨੇਡਾ ਅਪਲਾਈ ਕਰ ਰਿਹਾ, ਕੋਈ ਆਪਣੇ ਅਮਰੀਕਾ ਨੂੰ ਅਪਲਾਈ ਕਰ ਰਿਹਾ, ਪਰ ਪਤਾ ਨੀ ਵੀ ਉਹਨਾਂ ਦਾ ਚਾਂਸ ਲੱਗੇ ਨਾ ਲੱਗੇ। ਲੇਕਿਨ ਉੱਥੇ ਤਾਂ ਇੱਕ ਜੋਬ ਕ੍ਰੀਏਟ ਹੁੰਦੀ ਆ ਤੇ 1000 ਬੰਦਾ ਉੱਥੇ ਖੜਾ ਹੁੰਦਾ। ਪਹਿਲੀ ਗੱਲ ਤਾਂ ਸਾਡੇ ਬੰਦੇ ਦੀ ਬਾਰੀ ਸਭ ਤੋਂ ਮਗਰ ਆਉਣੀ ਆ, ਔਰ ਜੇ ਆ ਵੀ ਗਈ ਤੇ ਘੱਟੋ ਘੱਟ 10-15 ਗੁਣਾ ਉਹਨਾਂ ਦੇ ਬੱਚਿਆਂ ਨੂੰ ਲਾਇਕ ਹੋਊਗਾ ਤੁਹਾਨੂੰ ਰੱਖਣਗੇ, ਵਰਨਾ ਉਹਨਾਂ ਦਾ ਕੋਈ ਸਕੋਪ ਨਹੀਂ। ਤਰਸੇਮ ਜੀ ਇਹ ਜਿਹੜੀ ਹਾਲਤ ਉੱਥੇ ਹੋਈ ਆ ਉਹ ਇੱਥੇ ਵੀ ਵਾਪਰ ਸਕਦੀ ਹੈ? ਨਹੀਂ, ਮੈਂ ਨਹੀਂ ਮੰਨਦਾ ਇੱਥੇ ਬਿਲਕੁਲ ਨਹੀਂ ਵਾਪਰਨੀ। ਇਸ ਮੁਲਕ ਦੇ ਕੋਲ ਇੰਨੇ ਸਾਧਨ ਪਏ ਆ, ਇੱਥੇ ਤਾਂ 20 ਲੱਖ ਬੰਦਾ ਰਾਤੋ ਰਾਤ ਲਿਆ ਕੇ ਵਾੜ ਦੇਣ ਤਾਂ ਨੀ ਇਹਦਾ ਬੁਰਾ ਹਾਲ ਹੋਏਗਾ, ਇੱਥੇ ਨੀ ਹੋਣੀ। ਉਹ ਜਿਹੜੀ ਤੁਸੀਂ ਗੱਲ ਕਰਨ ਲੱਗੇ ਨਾ ਵੀ ਇੱਥੇ ਵੀ ਵਾਪਰ ਸਕਦੀ ਹੈ, ਉਹ ਤਾਂ ਨੀ ਵਾਪਰਨੀ ਕਿ ਇਹ ਜਿਹੜਾ ਇਹਨਾਂ ਨੇ ਥੋੜਾ ਜਿਹਾ ਚਮਤਕਾਰਾ ਦਿਖਾਇਆ ਨਾ ਬੇਕਾਰੀ ਦਾ, ਇਹਦੇ ਪਿੱਛੇ ਅਮਰੀਕਾ ਦੀ, ਕੈਨੇਡਾ ਦੀ, ਆਸਟ੍ਰੇਲੀਆ ਦੀ, ਪਿੱਛੇ ਇੰਗਲੈਂਡ ਦੀ ਇਹ ਇੱਕ ਸਾਂਝੀ ਪਾਲਿਸੀ ਆ ਕਿ ਜੇ ਗਾਂ ਹਕੂਮਤ ਕਰਨੀ ਆ ਤਾਂ ਲੇਬਰ ਦਾ ਲੱਕ ਤੋੜੋ। ਤਾਂ ਲੇਬਰ ਪਾਰਟੀ ਦਾ ਲੱਕ ਤੋੜਨ ਲਈ ਇਹੀ ਆ ਕਿ ਬੇਕਾਰੀ ਪੈਦਾ ਕਰੋ, ਬੇਕਾਰੀ ਪੈਦਾ ਹੋ ਗਈ, ਯੂਨੀਅਨ ਟੁੱਟ ਗਈਆਂ, ਇਹ ਭਾਵਾਂ ਮੁੜ ਕੇ 50 ਸਾਲ ਹਕੂਮਤ ਕਰਦੇ ਰਹਿਣ। ਅੱਛਾ, ਜੇ ਅਸੀਂ ਉੱਥੇ ਉਸ ਮੁਲਕ ਚ ਰਹਿਣਾ, ਸਾਰੇ ਬੰਦੇ ਤਾਂ ਬਾਹਰ ਮੁਲਕਾਂ ਨੂੰ ਜਾ ਰਹੇ ਸਨ, ਠੀਕ, ਸਾਨੂੰ ਕੀ ਕਰਨਾ ਚਾਹੀਦਾ? ਤੁਸੀਂ ਕੁਛ ਨਹੀਂ ਕਰ ਸਕਦੇ ਉੱਥੇ। ਉੱਥੇ ਤਾਂ ਮੈਂ ਦੇਖਦਾ ਕਿ ਜਿਹਨਾਂ ਕੰਮ ਬੰਦੇ ਦੇ ਕੰਮ ਟੁੱਟੇ ਆ ਉਹ ਤਾਂ ਸਾਰੀ ਉਮਰ ਉਹਨਾਂ ਨੂੰ ਨਹੀਂ ਕੰਮ ਮਿਲੇਗਾ, ਕੀ ਕਰਨਗੇ ਕੀ ਉੱਥੇ? ਉਹਨਾਂ ਦੀ ਮਸ਼ੀਨਰੀ ਦੇਖੋ, ਉਹਨਾਂ ਦੀ ਕਲਸੀ ਜੀ ਇੰਡਸਟਰੀ ਵੀ ਨਾਲ ਬੁੱਢੀ ਹੋ ਗਈ ਹੈ, ਉਹ ਕੰਪਿਊਟਰ ਤੇ ਅਮਰੀਕਾ ਤੋਂ ਉਧਾਰੇ ਮੰਗ ਕੇ ਉੱਥੇ ਲਾਉਣ ਲੱਗੇ ਖਰੀਦ ਕੇ, ਤਾਂ ਉਹ ਕਿੱਥੋਂ ਚਲਾਉਣਗੇ ਉਹਨੂੰ? ਉਹਨਾਂ ਦੀ ਇੰਡਸਟਰੀ ਬੁੱਢੀ ਹੈ, ਉਹਨਾਂ ਕੋਲ ਮੰਡੀਆਂ ਖੁੱਸ ਗਈਆਂ ਸਾਰੀਆਂ, ਉਹਨਾਂ ਦੀ ਸ਼ਰਟ ਤੇ ਉਹਨਾਂ ਦੀ ਕਮੀਜ਼ ਤੇ ਬਣਦੀ 10 ਪਾਉਂਡ ਚ ਵਿਕਦੀ ਹੈ, ਤੇ ਉਹ ਉਧਰੋਂ ਤਾਈਵਾਨ ਵੱਲੋਂ 1 ਪਾਉਂਡ ਦੀ ਲਿਆ ਕੇ ਵੇਚੀ ਜਾਂਦੇ ਆ। ਜੇ ਤੁਸੀਂ ਕਹੋਗੇ ਕੀ ਕਰ ਸਕਦੇ, ਕਰਨਾ ਉਹਨਾਂ ਨੇ ਕੀ ਹੈਗਾ, ਉਹ ਆਪਣੇ, ਮੈਂ ਤਾਂ ਇੱਕੋ ਹੀ ਗੱਲ ਕਰਾਂਗਾ ਕਿ ਆਪਣੇ ਬੱਚਿਆਂ ਨੂੰ ਜੇ ਉਹ ਜਿੰਨਾ ਵੀ ਕੁਛ ਨਾ ਹੋ ਸਕਦੀ ਹੈ ਵਿਆਹ ਕਰਨ, ਚਾਹੇ ਕੁਛ ਨਾ ਉੱਧਰ ਭੇਜਣ, ਇਹਨਾਂ ਮੁਲਕਾਂ ਚ ਭੇਜ ਦੇਣ, ਔਰ ਮੁੜ ਕੇ ਮਾਂ ਬਾਪ ਦੇ ਸਿਰ ਤੇ ਕਰਕੇ ਪਾਵਾਂ ਸਾਰੇ ਨੰਗੇ ਆਉਣ।
ਮੇਰਾ ਕਹਿਣ ਤੋਂ ਭਾਵ ਸੀ ਕਿ ਜਿਹੜੇ ਬੰਦੇ ਬਚ ਰਹੇ ਆ ਕਿ ਉਹ ਪੋਲੀਟੀਕਲ ਫੀਲਡ ਦੇ ਵਿੱਚ ਜਾਣ ਔਰ ਫਿਰ ਨਹੀਂ ਕੁਛ ਸਾਡੀ ਗਤੀ ਹੋ ਸਕਦੀ ਇਹ ਹਾਲੇ ਤੱਕ ਅਸੀਂ ਕੋਈ ਜ਼ਰੀਆ ਪੋਲੀਟੀਕਲ ਸਿਸਟਮ ਵਿੱਚ ਪੈਣ ਦਾ ਇਹ ਸਾਡਾ ਇਹ ਮੈਂ ਮੰਨਦਾ ਕਿ ਪੋਲੀਟੀਕਲ ਸਿਸਟਮ ਪੈਣ ਦਾ ਅਸੀਂ ਤੁਹਾਨੂੰ ਸ਼ਾਇਦ ਯਾਦ ਹੀ ਹੋਵੇ ਕਿ 1898 ਤੋਂ ਬਾਅਦ ਦਾਦਾ ਭਾਈ ਨੌਰੋ ਐਮ ਪੀ ਬਣਿਆ ਸੀ ਉੱਥੇ ਉਸ ਤੋਂ ਬਾਅਦ ਅਜੇ ਤੱਕ ਸਾਡਾ ਕੋਈ ਬੰਦਾ ਮੈਂ ਪੰਜਾਬੀਆਂ ਦੀ ਗੱਲ ਨਹੀਂ ਕਰਦਾ ਮੈਂ ਸਮੁੱਚੇ ਏਸ਼ੀਅਨਸ ਅਤੇ ਪਿੱਛੇ ਹੀ ਜਮੀਕਨਸ ਕੰਨੜ ਬੰਦਿਆਂ ਦੀ ਗੱਲ ਕਰਦਾ ਇਹ ਨੀਅਰਲੀ ਸਦੀ ਹੋ ਚੱਲੀ ਸਾਡਾ ਕੋਈ ਮੈਂਬਰ ਉਹਨਾਂ ਦੇ ਹਾਊਸ ਆਫ ਕਾਮਨ 'ਚ ਨਹੀਂ ਗਿਆ ਔਰ ਜੇ ਠੀਕ ਹੈ ਉੱਥੇ 100-150 ਬੰਦੇ ਕੌਂਸਲਰ ਪੈਦਾ ਹੋਏ ਨੇ ਇਲੈਕਟ ਹੋਏ ਆ ਉਹ ਵੀ ਉਹਨਾਂ ਇਲਾਕਿਆਂ ਤੋਂ ਜਿੱਥੇ ਸਾਡੇ ਲੋਕਾਂ ਦੀ ਜ਼ਿਆਦਾ ਬਹੁਮਤ ਸੀਗੀ ਅਤੇ ਜਾਂ ਉਹਨਾਂ ਨੇ ਥੋੜ੍ਹੇ ਬਹੁਤ ਜਸਟਿਸ ਆਫ ਪੀਸ ਬਣਾਤੇ ਆ ਜਿਹਦਾ ਪੋਲੀਟੀਕਲ ਚੱਕਰ ਹੈ ਲੇਕਿਨ ਉਹ ਇੱਕ ਬਹੁਤ ਛੋਟੇ ਪੱਧਰ ਦੀ ਗੱਲ ਹੈ ਕੌਂਸਲਰ ਵੀ ਛੋਟੇ ਪੱਧਰ ਦੀ ਗੱਲ ਹੈ ਅਤੇ ਉਹ ਪੋਲੀਟਿਕਸ ਵੀ ਤਾਂ ਘੱਟ ਦਾਣੇ ਹੋਣਗੇ ਤਾਂ ਹੁੰਦੀ ਹੈ ਉਹ ਕੰਮ ਦਾ ਬੰਦਾ ਪੋਲੀਟਿਕਸ ਵੀ ਕਿੱਥੋਂ ਕਰਨ ਅੱਛਾ ਤੁਸੀਂ ਵੀ ਆਪਣਾ ਵਕਤ ਖਤਮ ਹੋ ਰਿਹਾ ਅਸੀਂ ਅਗਲੀ ਗੱਲਬਾਤ 'ਚ ਤੁਹਾਡੀ ਵਿਦੇਸ਼ ਯਾਤਰਾ 'ਤੇ ਜੋ ਤੁਹਾਡੀਆਂ ਭਾਵਨਾਵਾਂ ਜੋ ਤੁਸੀਂ ਉੱਥੋਂ ਚੀਜ਼ਾਂ ਲੈ ਕੇ ਆਏ ਅਸੀਂ ਉਹਨਾਂ 'ਤੇ ਗੱਲਬਾਤ ਕਰਾਂਗੇ ਅਤੇ ਅਸੀਂ ਤੁਹਾਡਾ ਬਹੁਤ ਬਹੁਤ ਸਟੂਡੀਓ 'ਚ ਆਉਣ ਦਾ ਧੰਨਵਾਦ ਕਰ ਮਿਹਰਬਾਨੀ